For good health, please subscribe A1 Healthcare. For better music, subscribe A1 Music. For best informational programs, please subscribe A1 Punjabi TV. And for all updated news, please subscribe A1 News. डेरा सच्चा सौदा दे मुखी राम रहीम दे नाम दी पिछले लगभग दो दहाकियां तो लोकां विच खूब दहशत है। इस दा अंदाजा इस गल तो लगाया जा सकदा है कि यौन शोषण मामले विच राम रहीम नूं सज़ा होण तो बाद बाबे दे सताए होए लोक बाबे दी कहानी बयान कर रहे ने। राम रहीम नूं सज़ा सुनाए जाण तो बाद जो लोग अपने आप नूं महफूज समझ रहे ने ओह राम रहीम दे अत्याचारां दा खुलासा कर रहे ने। एक ताज़ा मामला सामने आया, एक नामी पंजाबी गायक राज बलराज नूं राम रहीम दे ड्राइवर अते होर लोकां वल्लों धमकाउण दा। पंजाबी गायक राज बलराज अते जगीर बोपाराय राइटर अते डायरैक्टर ने पंचकूला आके मीडिया नूं अपनी कहानी सुनाई। राज बलराज ने दस्सिया कि उन्हां ने इस मामले की शिकायत पहलां दर्ज नहीं करवाई क्योंकि उन्हां नूं जान दा खतरा सी। उन्हां ने दस्सिया कि 2011 विच उन्हां वल्लों बाबे बन जाओ नाम की म्यूजिक एल्बम कढ़ी गई सी। इस एल्बम का सोंग बाबे बन जाओ मार्केट विच आया तां राम रहीम दे ड्राइवर सज्जन सिंह समेत कई लोकां दे धमकी भरे फोन कॉल्स आने शुरू हो गए अते सोंग बंद ना करन ते एक्शन लैण दी गल भी कही गई। उन्हां ने कहा कि उस समय उन्हां नूं जान दा खतरा सी, इस लई ओह चुप कर गए। इस दे नाल ही उन्हां ने कहा कि जेकर पुलिस इस मामले विच कोई शिकायत लैणा चाहेगी तां ओह पुलिस नूं शिकायत जरूर दर्ज करवाउणगे। तुहानूं जिहड़ी धमकी आई सी, किहने धमकी दित्ती सी, की सीगा मामला इक दस्सो। ਮਤਲਬ ਸਾਡਾ ਗਾਣਾ ਬਾਬੇ ਬਣ ਚ ਇੱਕ TCS ਕੰਪਨੀ ਨੇ ਰਿਲੀਜ਼ ਕੀਤਾ ਸੀਗਾ ਸੰਨ 2011 ਦੇ ਵਿੱਚ ਨਵੰਬਰ 'ਚ, ਜਿਹਦੇ ਪ੍ਰਸਾਰਣ ਤੋਂ ਬਾਅਦ 'ਚ ਕਰੀਬ 3-4 ਦਿਨ ਬਾਅਦ ਦੇ ਵਿੱਚ ਸਾਨੂੰ ਸੱਜਣ ਸਿੰਘ ਜੋ ਕਿ ਡੇਰਾ ਸੱਚਾ ਸੌਦਾ ਤੋਂ ਬਾਬਾ ਰਾਮ ਰਹੀਮ ਸਿੰਘ ਜਿਹੜਾ ਡਰਾਈਵਰ ਸੀ ਉਹਨੇ ਸਾਨੂੰ ਕਾਲਸ ਕੀਤੀ, ਕਹਿੰਦੇ ਵੀ ਇਹ ਗਾਣਾ ਜਿਹੜਾ ਤੁਸੀਂ ਪ੍ਰਸਾਰਣ ਕਰ ਰਹੇ ਹੋ ਇਹਨੂੰ ਬੰਦ ਕਰਵਾ ਦਿਓ। ਅਸੀਂ ਇਹਨਾਂ ਨੂੰ ਰੀਜ਼ਨ ਨਹੀਂ ਪੁੱਛਿਆ, ਕਹਿੰਦੇ ਕਿ ਇਹਦੇ ਵਿੱਚ ਤੁਸੀਂ ਗੱਡੀਆਂ ਦਾ ਕਾਫਲਾ ਪਾਇਆ ਹੋਇਆ ਵਾ ਜਿੱਥੇ ਕਿ ਬਾਬਾ ਜੀ ਸੇਮ ਉੱਦਾਂ ਹੀ ਚੱਲਦੇ ਨੇ, ਤੁਸੀਂ ਸਾਡੇ ਬਾਬਾ ਜੀ ਦੇ ਉੱਪਰ ਗਾਣਾ ਫਿਲਮਾਇਆ ਵਾ। ਅਸੀਂ ਕਿਹਾ ਵੀ ਨਹੀਂ, ਅਸੀਂ ਇਸ ਗਾਣੇ ਨੂੰ ਮਤਲਬ ਬਾਬਾ ਜੀ ਦਾ ਸਾਨੂੰ ਕੋਈ ਮਤਲਬ ਨਹੀਂ ਗਾ, ਅਸੀਂ ਜੋ ਵੀ ਆ ਸਮਾਜ ਦੇ ਵਿੱਚ ਗਲਤ ਕੰਮ ਹੋ ਰਹੇ ਨੇ ਜੋ ਬਾਬੇ ਅੱਜ ਕੱਲ੍ਹ ਗਲਤ ਕਰ ਰਹੇ ਨੇ ਉਹ ਤੁਸੀਂ ਦੇਖ ਹੀ ਚੁੱਕੇ ਹਾਂ ਕਿ ਬਾਬਿਆਂ ਦੇ ਕਿੱਦਾਂ ਕਿੱਦਾਂ ਕੀ ਕਰ ਰਹੇ ਨੇ, ਉਹ ਸਾਰਾ ਕੁਛ ਅਸੀਂ ਇਸ ਗਾਣੇ ਦੇ ਵਿੱਚ ਸ਼ੋਅ ਕੀਤਾ ਸੀ, ਉਹਨਾਂ ਨੂੰ ਦਿਖਾਇਆ ਸੀਗਾ। ਲੇਕਿਨ ਉਹਨਾਂ ਨੂੰ ਇਹ ਗੱਲ ਨਹੀਂ ਪਚੀ। ਉਸ ਤੋਂ ਬਾਅਦ ਦੇ ਵਿੱਚ ਕਰੀਬ 14-15 ਸਾਨੂੰ ਕਾਫੀ ਕਾਲਸ ਆਉਂਦੀਆਂ ਰਹੀਆਂ ਔਰ ਸਾਨੂੰ ਧਮਕੀ ਦਿੰਦੇ ਸੀ ਕਿ ਅਗਰ ਇਸ ਗਾਣੇ ਨੂੰ ਨਹੀਂ ਬੰਦ ਕਰਾਉਂਗੇ ਤਾਂ ਅਸੀਂ ਤੁਹਾਨੂੰ ਜਾਨ ਤੋਂ ਹੀ ਮਾਰ ਦਾਂਗੇ, ਔਰ ਕਾਫੀ ਪਰੇਸ਼ਾਨ ਸਾਨੂੰ ਕੀਤਾ ਗਿਆ। ਹੋਰ ਯੂਪੀ ਦੇ ਵਿੱਚ ਵੀ ਕੁਛ ਲੋਕਾਂ ਨੇ ਸਾਡੇ 'ਤੇ ਮਤਲਬ ਧਾਰਮਿਕ ਇਹਨਾਂ ਦੇ ਜਿਹੜੇ ਚੇਲੇ ਸੀ ਉਹਨਾਂ ਨੇ ਕਾਫੀ ਐਕਸ਼ਨ ਲਿਆ ਔਰ ਜਿਹਦੇ ਮਜਬੂਰਨ ਸਾਨੂੰ ਗਾਣਾ ਬੰਦ ਕਰਵਾਉਣਾ ਪਿਆ, ਜਿਹਦੇ ਵਿੱਚ ਸਾਡਾ ਬਹੁਤ ਜ਼ਿਆਦਾ ਨੁਕਸਾਨ ਵੀ ਹੋਇਆ ਔਰ ਸਾਡਾ ਕੈਰੀਅਰ ਜਿਹੜਾ ਸੀ ਉਹਦਾ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ। ਕੰਪਲੇਂਟ ਵਗੈਰਾ ਕੀਤੀ ਤੁਸੀਂ? ਨਹੀਂ ਸਰ, ਕੰਪਲੇਂਟ ਨਹੀਂ ਅਸੀਂ ਕੀਤੀ। ਕੰਪਲੇਂਟ ਦਾ ਰੀਜ਼ਨ ਸੀਗਾ ਕਿ ਅਗਰ ਅਸੀਂ ਕੰਪਲੇਂਟ ਕਰਦੇ ਤਾਂ ਸਾਡੇ ਉੱਪਰ ਐਕਸ਼ਨ ਆ ਸਕਦਾ ਸੀ, ਸਾਨੂੰ ਮਾਰਨ ਦੀ ਧਮਕੀਆਂ ਦੇ ਰਿਹਾ ਸੀ, ਅਗਰ ਅਸੀਂ ਕੁਛ ਗਲਤ ਕਰਦੇ ਹਾਂ ਤਾਂ ਤੁਹਾਨੂੰ ਜਾਨ ਤੋਂ ਮਾਰ ਦਿੱਤਾ ਜਾਊਗਾ। ਸਾਨੂੰ ਬਾਅਦ ਵਿੱਚ ਇੱਕ ਕਾਲ ਵੀ ਆਈ, ਕਰੀਬ 15-16 ਦਿਨ ਬਾਅਦ ਇੱਕ ਹੋਰ ਕਾਲ ਆਈ, ਕਹਿੰਦੇ ਵੀ ਡੇਰਾ ਸੱਚਾ ਸੌਦਾ ਤੋਂ ਬਾਬਾ ਜੀ ਨੇ ਤੁਹਾਨੂੰ ਬੁਲਾਇਆ ਵਾ ਔਰ ਤੁਹਾਡੇ 'ਤੇ ਕਿਰਪਾ ਹੋ ਗਈ ਹੈ ਮਹਾਰਾਜ ਜੀ, ਔਰ ਤੁਸੀਂ ਇੱਕ ਵਾਰੀ ਆ ਜਾਓ। ਜਿਹਦੇ ਵਿੱਚ ਸਾਡੇ ਰਿਲੇਟਿਵਸ ਹੋਰ ਬੋਪਰ ਹੈ ਜੀ, ਸਾਰੇ ਨੇ ਸਾਨੂੰ ਮਨਾ ਕੀਤਾ, ਕੰਪਨੀ ਵਾਲਾ ਮਨਾ ਕੀਤਾ ਕਿ ਆਪ ਵਹਾਂ ਮਤ ਜਾਈਏਗਾ। ਇਹਦਾ ਕਰਕੇ ਅਸੀਂ ਫਿਰ ਉੱਥੇ ਸਿਰਸਾ ਡੇਰਾ 'ਤੇ ਨਹੀਂ ਗਏ ਸੀ। ਇੱਥੇ ਵੀ ਕਾਫੀ ਨੁਕਸਾਨ, ਜਾਨ ਮਾਰਦੇ ਨੁਕਸਾਨ ਵੀ ਹੋਏ ਨੇ, ਇਹੀ ਸੇਮ ਸਾਡੇ ਨਾਲ ਹੋਣਾ ਸੀ ਉਸ ਟਾਈਮ, ਇਸ ਕਰਕੇ ਅਸੀਂ ਇਹ ਕੰਮ ਨਹੀਂ ਕੀਤਾ। ਟੈਰਰਿਸਟ ਕਾਰਨ ਸੀ? ਹਾਂਜੀ ਜੀ, ਮੈਂ ਰਾਜ ਬਲਰਾਜ, ਔਰ ਮੈਨੇ ਅਭੀ ਸੰਨ 2011 ਮੈਂ ਨਵੰਬਰ ਮੈਂ ਮੈਨੇ ਐਲਬਮ ਕੀ ਥੀ ਬਾਬੇ ਬਣ ਜੋ, ਜਿਸਕੇ ਉੱਪਰ ਜੋ ਗਾਣਾ ਜਬ ਮਾਰਕੀਟ ਮੈਂ ਆਇਆ ਔਰ ਚੈਨਲਸ ਪੇ ਚੱਲ ਰਹਾ ਥਾ, ਤਭੀ ਮੇਰੇ ਕੋ ਕਾਫੀ ਹੀ ਡੇਰਾ ਸੱਚਾ ਸੌਦਾ ਸੇ ਕਾਫੀ ਕਾਲਸ ਆਈ ਥੀ, ਔਰ ਉਸਮੇ ਸੱਜਣ ਸਿੰਘ ਜੋ ਬਾਬਾ ਜੀ ਕੇ ਡਰਾਈਵਰ ਥੇ ਤੋ ਉਹਨੇ ਕਾਫੀ ਕਾਲਸ ਕੀ ਕਿ ਆਪ ਇਸ ਗਾਣੇ ਕੋ ਬੰਦ ਕਰਵਾ ਦੀਜੀਏ, ਅਗਰ ਆਪ ਇਸ ਗਾਣੇ ਕੋ ਬੰਦ ਨਹੀਂ ਕਰਵਾਏਂਗੇ ਤੋ ਹਮ ਆਪ ਪੇ ਐਕਸ਼ਨ ਲੇਂਗੇ, ਔਰ ਉਸਕੇ ਬਾਅਦ ਕਰੀਬ 15-16 ਦਿਨ ਹਮੇ ਕਾਲਸ ਆਤੀ ਰਹੀ, ਜਿਸਕੀ ਮਜਬੂਰੀ ਸੇ ਹਮੇ ਗਾਣਾ ਬੰਦ ਕਰਨਾ ਪੜਾ, ਔਰ ਇਸਮੇ ਹਮਾਰਾ ਕਾਫੀ ਨੁਕਸਾਨ ਵੀ ਹੁਆ, ਔਰ ਲੇਕਿਨ ਹਮ ਆਪਣੀ ਸੱਚਾਈ ਕੋ ਆਗੇ ਨਹੀਂ ਲਾ ਸਕਤੇ ਥੇ, ਕਿਉਂਕਿ ਆਪਕੋ ਪਤਾ ਹੀ ਹੈ ਕਿ ਬਾਬਾ ਕੇ ਡਰ ਸੇ ਕੋਈ ਵੀ ਆਗੇ ਨਹੀਂ ਆਇਆ।
और इसीलिए हमारा गाना बंद हो गया जिसमें काफ़ी हमारा नुकसान भी हुआ। आपने कंप्लेंट क्यों नहीं करवाई 2011? सर कंप्लेंट अगर हम करवाते तो हम पे सर दिक्कत आ सकती थी, वो हमें जान से मारने की धमकी भी दे रहे थे कि अगर कोई ऐसी बात होती है तो हम आपको जान से मार देंगे। फिर हमें करीब 15 दिन बाद एक कॉल आई, उसमें नाम नहीं उन्होंने बताया हमें, बोले कि आपको डेरा सच्चा सौदा बुलाया गया है, बाबा जी की आप पे कृपा हो गई है और एक बार आप आ जाइए। लेकिन हमारे रिलेटिव्स और हमने कंपनी से बात की तो कंपनी वाले बोले कि आप ऐसे मत जाइएगा जिसमें आपका नुकसान हो सकता है, और बोपराय जी ने भी मुझे मना कर दिया, इसकी वजह से हम वहाँ नहीं गए। For good health, please subscribe A1 Healthcare. For better music, subscribe A1 Music. For best informational programs, please subscribe A1 Punjabi TV. And for all updated news, please subscribe A1 News.